ਜਹਾਨ ਸਾਰਾ ਬਣਾਵਣ ਵਾਲੇ ਨੂੰ ਇੱਕ ਖੀਵੇ ਤਾਂ ਰਾਜ਼ੀ ਹੁੰਦਾ ਹੈ। ਮਿਹਰਬਾਨੀ ਸਾਈ, ਮਿਹਰਬਾਨੀ ਸਾਈ। ਜਹਾਨ ਸਾਰਾ ਬਣਾਵਣ ਵਾਲੇ ਨੂੰ ਇੱਕ ਖੀਵੇ ਤਾਂ ਰਾਜ਼ੀ ਹੁੰਦਾ ਹੈ। ਚਾਹ ਕੇ ਪਰਚਮ ਤੌਹੀਦ ਆਲਾ ਬੁਲੰਦ ਕਰੀਦੇ ਤਾਂ ਰਾਜ਼ੀ ਹੁੰਦਾ ਹੈ। ਹੇ ਵਾਹਦਹੁ ਲਾ ਸ਼ਰੀਕ ਅੱਲਾ, ਉਸ ਦਾ ਕਾਸ਼ਿਫ ਸ਼ਰੀਕ ਕੋਈ ਨਹੀਂ। ਦਿਲ ਦੀ ਤਖਤੀ ਤੂੰ ਸ਼ਿਰਕ ਸਾਰਾ ਮਿਟਾ ਛੁੜੀਵੇ ਤਾਂ ਰਾਜ਼ੀ ਹੁੰਦਾ ਹੈ। ਦਿਲ ਦੀ ਤਖਤੀ ਤੂੰ ਸ਼ਿਰਕ ਸਾਰਾ ਮਿਟਾ ਛੁੜੀਵੇ ਤਾਂ ਰਾਜ਼ੀ ਹੁੰਦਾ ਹੈ। ਕਿ ਲਾਜਪਾਲ ਅਲੀ ਦੇ ਲਾਜਪਾਲ ਸ਼ਹਿਜ਼ਾਦੇ ਲੱਜੀ ਹਨ ਲਾਜਪਾਲ ਛੁੜੇਂਦੇ ਨੇ, ਲੱਜੀ ਹਨ ਲਾਜਪਾਲ ਛੁੜੇਂਦੇ ਨੇ। ਹੇ ਨਿਆਮ ਸਖਾਵਤ ਦਾ ਰਾਏ ਨੂੰ ਕਰ ਮਾਲੋ ਮਾਲ ਛੁੜੇਂਦੇ ਨੇ। ਔਰ ਮੇਰੇ ਮੁਰਸ਼ਦ ਨਜ਼ਰਾਂ ਕਰਮ ਦੀਆਂ ਜਦਾ ਕਾਸ਼ਫ ਭਾਲ ਛੁੜੇਂਦੇ ਨੇ। ਬਾਣ ਵੈਂਦਨ ਜੰਤੀ ਹੋਰ ਵਰਗੇ ਇੰਜ ਦੁਖੜੇ ਟਾਲ ਛੁੜੇਂਦੇ ਨੇ। ਕਿ ਸਾਰੀ ਉਮਰਾਂ ਨਾਲ ਬਿਰਾ ਦੇ ਰਹੀ ਆ ਦਿੱਸੇ ਦੀ ਭਾਈਵਾਲੇ ਸਖਾਵਤ ਬਸ ਗੋਰ ਸਾਹਿਬ ਕੇ ਸਾਰੀ ਉਮਰਾਂ ਨਾਲ ਬਿਰਾ ਦੇ ਰਹੀ ਅੱਧ ਹਿੱਸੇ ਦੀ ਭਾਈਵਾਲੇ, ਸਾਰੀ ਉਮਰਾਂ ਨਾਲ ਬਿਰਾ ਦੇ ਰਹੀ ਅੱਧ ਹਿੱਸੇ ਦੀ ਭਾਈਵਾਲੇ। ਵਿੱਚ ਕਰਬਲ ਦੇ ਕੁਰਬਾਨ ਚਕੀਤੇ ਦੋਮਿਆਨ ਮੁਹੰਮਦ ਲਾਲੇ। ਔਰ ਦੇ ਕਾਸ਼ਿਫ ਖੁਤਬੇ ਸ਼ਾਮ ਦੇ ਵਿੱਚ ਕਰ ਗਈ ਆ ਕਾਇਮ ਮਿਸਾਲ, ਕੋਈ ਇਤਨਾ ਪਿਆਰਾ ਜ਼ੈਨਬ ਨੂੰ ਮੇਰੇ ਪੀਰ ਹੁਸੈਨ ਦੇ ਨਾਲ, ਕੋਈ ਇਤਨਾ ਪਿਆਰਾ ਜ਼ੈਨਬ ਨੂੰ ਮੇਰੇ ਪੀਰ ਹੁਸੈਨ ਦੇ ਨਾਲ। ਕਿ ਤੌਹੀਦ ਰੱਬ ਦੀ ਬਚਾਵਣ ਆਲਾ ਨਬੀ ਦਾ ਲਖਤੇ ਜਿਗਰ ਹੁਸੈਨ ਮਲਕ ਨਿਆਜ਼ ਸਾਹਿਬ। ਕਿ ਤੌਹੀਦ ਰੱਬ ਦੀ ਬਚਾਵਣ ਆਲਾ, ਮਿਹਰਬਾਨੀ ਸਖਾਵਤ ਬਸ ਗੋਹਰ ਸਾਹਿਬ, ਤੌਹੀਦ ਰੱਬ ਦੀ ਬਚਾਵਣ ਆਲਾ ਨਬੀ ਦਾ ਲਖਤੇ ਜਿਗਰ ਹੁਸੈਨ, ਤੌਹੀਦ ਰੱਬ ਦੀ ਬਚਾਵਣ ਆਲਾ ਨਬੀ ਦਾ ਲਖਤੇ ਜਿਗਰ ਹੁਸੈਨ। ਨਾ ਕੋਲ ਕੁਝ ਵੀ ਬਚਾ ਕੇ ਰੱਖਿਆ ਚਲਾਇਆ ਹੈ ਘਰ ਦਾ ਘਰ ਹੁਸੈਨ। ਔਰ ਛਿੱਕੀ ਅਕਬਰ ਦੇ ਸੀਨੇ ਬਰਛੀ ਘੋੜੇ ਲਾਸ਼ਾਂ ਤੇ ਭਜਦੇ ਵੇਖੇ, ਮੈਂ ਏਡੇ ਸਾਬਰ ਤੂੰ ਸਦਕੇ ਜਾਵਾਂ ਹੈ ਕੀਤਾ ਵਤ ਵੀ ਸਬਰ ਹੁਸੈਨ। ਮੈਂ ਏਡੇ ਸਾਬਰ ਤੂੰ ਸਦਕੇ ਜਾਵਾਂ ਹੈ ਕੀਤਾ ਵਤ ਵੀ ਸਬਰ ਹੁਸੈਨ। ਹੁਸੈਨ ਮਿਹਰਬਾਨੀ ਸਾਹਿਬ, ਹੁਸੈਨ ਇਬਨੇ ਅਲੀ ਦਾ ਰੁਤਬਾ ਖੁਦਾ ਵਧਾਇਆ ਤੂੰ ਮੈਥੇ ਰੰਜੇ। ਹੁਸੈਨ ਇਬਨੇ ਅਲੀ ਦਾ ਰੁਤਬਾ ਖੁਦਾ ਵਧਾਇਆ ਤੂੰ ਮੈਥੇ ਰੰਜੇ। ਸਬਰ ਦੇ ਹੈ ਲਗ ਨੂੰ ਪੁਸ਼ਤ ਉੱਤੇ ਨਬੀ ਬਹਾਇਆ ਤੂੰ ਮੈਥੇ ਰੰਜੇ। ਮੈਂ ਦੱਸਾਂ ਕਾਸ਼ਿਫ ਜੂ ਈਦ ਦੇ ਲੈ ਕੇ ਅਰਸ਼ਾਂ ਤੂੰ ਜੰਤੀ ਜੋੜੇ, ਹੁਸੈਨ ਦੇ ਦਰ ਤੇ ਦਰਜ਼ੀ ਬਣ ਕੇ ਫਰਿਸ਼ਤਾ ਆਇਆ ਤੂੰ ਮੈਥੇ ਰੰਜੇ। ਅਕੀਦਤ ਹੋ ਗਈ ਦੋ ਚਾਰ ਦੌੜੇ ਹਨ ਮਲਕ ਜ਼ਫਰ ਇਕਬਾਲ ਅਵਾਨ ਸਾਹਿਬ ਖਾਨ ਦੇ ਕੋਲ ਤਸ਼ਰੀਫ ਲਾਇਓ ਤਵੱਜੋ ਕਰੇ ਸਨ। ਮੇਰੇ ਭਾਈ ਮਾਰ ਮੁਹੰਮਦ ਨਾਸਿਰ ਮਲਾ ਸਾਹਿਬ ਕਿ ਰੁੱਤ ਨਾਲ ਗਰੀਬ ਦੀ ਰੁੱਤ ਹਟ ਗਈ ਪਰੇਸ਼ਾਨੀਆਂ ਦੀ ਲਾਚਾੜ ਚ। ਮਿਹਰਬਾਨੀ ਸਾਹਿਬ, ਮਿਹਰਬਾਨੀ ਸਾਹਿਬ, ਵਾਜਦ ਗੌਰ ਸਾਹਿਬ ਮਿਹਰਬਾਨੀ। ਕਿ ਰੁੱਤ ਨਾਲ ਗਰੀਬ ਦੀ ਰੁੱਤ ਹਟ ਗਈ ਪਰੇਸ਼ਾਨੀਆਂ ਦੀ ਲਾਚਾੜ ਚ, ਕਰ ਬੈਠੋ ਮਗਲਤੀ ਸਿਰਿਆਂ ਦੀ ਮੱਥਾ ਮਾਰਿਆ ਪਹਾੜ ਚ। ਔਰ ਮੁੜ ਜਿਵੇਂ ਕੋਈ ਵਸਤੇ ਦੇਸ਼ ਦਾ ਵਾਸੀ ਗੱਤੇ ਹੇਕ ਰਾਤ ਉਜਾੜ ਚ, ਉਂਜੇ ਕਾਸ਼ਿਫ ਮੇਰੀਆਂ ਸਦਰਾਂ ਦੇ ਕਈ ਹੁੰਦੇ ਨੇ ਕਤਲ ਦਿਹਾੜ ਚ। ਉਂਜੇ ਕਾਸ਼ਿਫ ਮੇਰੀਆਂ ਸਦਰਾਂ ਦੇ ਕਈ ਹੁੰਦੇ ਨੇ ਕਤਲ ਦਿਹਾੜ ਚ।
ਮਿਹਰਬਾਨੀ ਮਾਰ ਨਾਸਰ ਦਾ ਹੁਕਮ ਹੈ ਦੌੜਾ ਦੁਬਾਰਾ ਕਿ ਰੁੱਤ ਨਾਲ ਗਰੀਬ ਦੀ ਰੁੱਤ ਹਟ ਗਈ ਪਰੇਸ਼ਾਨੀਆਂ ਦੀ ਲਾਚਾੜ ਚੌਧਰੀ ਬਰਾਦਰੀ ਬੈਠੇ ਹੋ ਤੁਹਾਡਾ ਆਪਣਾ ਸ਼ਹਿਰ ਕੋਈ ਨਹੀਂ ਆਇਆ ਸੰਤ ਸੁਣੋ ਕਿ ਰੁੱਤ ਨਾਲ ਗਰੀਬ ਦੀ ਰੁੱਤ ਹਟ ਗਈ ਪਰੇਸ਼ਾਨੀਆਂ ਦੀ ਲਾਚਾੜ ਚ ਕਰ ਬੈਠੋ ਮਹਲਤੀ ਸਿਰਿਆਂ ਦੀ ਮੱਥਾ ਮਾਰਿਆ ਪਹਾੜ ਚ ਔਰ ਮੁੜ ਜੀ ਨੇ ਕੋਈ ਵਸਤੇ ਦੇਸ਼ ਦਾ ਵਾਸੀ ਰਾਤ ਉਜਾੜ ਚ ਉਂਜੇ ਕਸ਼ਫ ਮੇਰੀਆਂ ਸਤਰਾਂ ਦੇ ਕਈ ਹੁੰਦੇ ਨੇ ਕਤਲ ਦਿਹਾੜ ਚ ਮਲਕ ਜ਼ਫਰ ਇਕਬਾਲ ਦਾ ਹੁਕਮ ਹੈ ਕਿ ਜਿੰਦੀ ਠੱਡੀ ਹੋਈ ਨੀਅਤ ਖਰਾਬ ਹੋਵੇ ਬੰਦੇ ਉਸ ਕੇ ਖੱਟਣਾ ਹੁੰਦਾ ਹੈ ਮਿਹਰਬਾਨੀ ਚੌਧਰੀ ਸਾਹਿਬ ਕਿ ਜਿੰਦੀ ਠੱਡੀ ਹੋਈ ਨੀਅਤ ਖਰਾਬ ਹੋਵੇ ਬੰਦੇ ਉਸ ਕੇ ਖੱਟਣਾ ਹੁੰਦਾ ਹੈ ਉਹਨੂੰ ਕੀ ਪਤਾ ਪਾਣੀ ਓਲੂ ਦਾ ਕਿਹਨੇ ਲੱਜ ਪਿੱਛੇ ਝਟਣਾ ਹੁੰਦਾ ਹੈ ਉਹ ਬਾਈ ਕਸ਼ਫ ਕੁੰਜਣ ਦਾ ਕੀ ਫਾਇਦਾ ਪਿੱਛਾ ਫੱਤ ਜੇ ਹਟਣਾ ਹੁੰਦਾ ਹੈ ਖੁੱਦੂ ਵਾਂਗ ਉਲਾਰ ਕੇ ਲੱਗਦਿਆਂ ਨੂੰ ਕਹਿ ਦੱਸਿਆ ਹੀ ਸੱਟਣਾ ਹੁੰਦਾ ਹੈ ਮਿਹਰਬਾਨੀ ਸਾਹਿਬ ਖੁੱਦੂ ਵਾਂਗ ਉਲਾਰ ਕੇ ਲੱਗਦਿਆਂ ਨੂੰ ਕਹਿ ਦੱਸਿਆ ਹੀ ਸੱਟਣਾ ਹੁੰਦਾ ਹੈ ਕਿ ਇੱਕ ਹੱਥ ਕੰਮ ਜ਼ਰਫ ਦੀ ਗਲਤੀ ਤੂੰ ਸ਼ਾਲਾਂ ਵਾਗ ਨੂੰ ਲੀਕ ਨਾ ਲੱਗੇ ਇੱਕ ਹੱਥ ਕੰਮ ਸਰਫ ਦੀ ਗਲਤੀ ਤੂੰ ਸ਼ਾਲਾ ਬਾਗ ਨੂੰ ਲੀਕ ਨਾ ਲੱਗੇ ਨਫੇ ਹੁੰਦੇ ਨਾਲ ਨਸੀਬਾਂ ਦੇ ਕਦੀ ਸਾਗ ਨੂੰ ਲੀਕ ਨਾ ਲੱਗੇ ਔਰ ਤਾਈ ਕਸ਼ਤ ਗਾਠ ਪਚਾਈ ਵਤਨਾ ਲੁਕਮਾਨ ਸਿਆਲ ਤਾਈ ਕਸ਼ਤ ਗਾਠ ਪਚਾਈ ਵਤਨਾ ਲਾਈ ਲੱਗ ਨੂੰ ਲੀਕ ਨਾ ਲੱਗੇ ਸਿਰ ਲੱਗ ਜਾਵਣ ਤਾਂ ਕੋਈ ਡਰ ਨਹੀਂ ਪਰ ਪੱਗ ਨੂੰ ਲੀਕ ਨਾ ਲੱਗੇ ਸਿਰ ਲੱਗ ਜਾਵੇ ਤਾਂ ਕੋਈ ਡਰ ਨਹੀਂ ਪਰ ਪੱਗ ਨੂੰ ਲੀਕ ਨਾ ਲੱਗੇ ਕਿ ਜਦਾਂ ਉੱਠਦੇ ਨੇ ਛੋਲੇ ਗੁਰਬਤ ਦੇ ਕੱਖ ਭਰਮ ਦੇ ਸਾੜ ਛੁੜੇਂਦੇ ਨੇ ਜਦਾਂ ਉੱਠਦੇ ਨੇ ਛੋਲੇ ਗੁਰਬਤ ਦੇ ਕੱਖ ਭਰਮ ਦੇ ਸਾੜ ਛੁੜੇਂਦੇ ਨੇ ਬਣੇ ਬਤਰੇ ਮਹਿਲ ਮੁਹੱਬਤਾਂ ਦੇ ਹਿਕਲਾਕ ਉਜਾੜ ਛੁੜੇਂਦੇ ਨੇ ਉਹ ਸਾਹ ਸੁੱਖ ਦਾ ਲੈਣ ਵੀ ਨਹੀਂ ਦਿੰਦੇ ਸਾਹ ਸੁੱਖ ਦਾ ਲੈਣ ਵੀ ਨਹੀਂ ਦਿੰਦੇ ਸੂਲੀ ਹਿਜਰ ਦੀ ਚਾੜ ਛੁੜੇਂਦੇ ਨੇ ਬੰਦੇ ਕਸ਼ਫ ਆਪ ਕਰੋੜ ਦੇ ਹੁੰਦੇ ਨੇ ਹਾਲਾਤ ਵਿਗਾੜ ਛੁੜੇਂਦੇ ਨੇ ਮਿਹਰਬਾਨੀ ਮਾਰ ਨਾਸਰ ਦਾ ਬਿਸਮਿਲ੍ਲਾ ਜਨਾਬ ਮੇਰੇ ਭਾਈ ਚੌਧਰੀ ਅਲੀ ਅਬਾਸ ਹੋਰਾਂ ਦਾ ਹੁਕਮ ਹੈ ਇਸ ਦੌੜੇ ਦੀ ਕਿ ਜਦਾਂ ਭਾਈਜਾਨ ਚੌਧਰੀ ਸਾਹਿਬ ਕਿ ਜਦਾਂ ਉੱਠਦੇ ਨੇ ਛੋਲੇ ਗੁਰਬਤ ਦੇ ਕੱਖ ਭਰਮ ਦੇ ਸਾੜ ਛੁੜੇਂਦੇ ਨੇ ਜ਼ਫਰ ਇਕਬਾਲ ਅਵਾਨ ਸਾਹਿਬ ਬਣੇ ਬਤਰੇ ਮਹਿਲ ਮੁਹੱਬਤਾਂ ਦੇ ਹਿਕਲਾ ਉਜਾੜ ਛੁੜੇਂਦੇ ਨੇ ਔਰ ਸਾਹ ਸੁੱਖ ਦਾ ਲੈਣ ਵੀ ਨਹੀਂ ਦਿੰਦੇ ਸੂਲੀ ਹਿਜਰ ਦੀ ਚਾੜ ਛੁੜੇਂਦੇ ਨੇ ਜੋ ਬੰਦੇ ਕਸ਼ਫ ਆਪ ਕਰੋੜ ਦੇ ਹੁੰਦੇ ਨੇ ਹਾਲਾਤ ਵਿਗਾੜ ਛੁੜੇਂਦੇ ਨੇ ਕੇ ਮਨ ਲੈਣਾ ਸਖਾਵਤ ਅਬਾਸ ਕੋਹਰ ਸਾਹਿਬ ਜਨਾਬ ਉਸਤਾਦ ਮੋਹਤਰਮ ਮਲਕ ਨਿਆਜ਼ ਅਮਨ ਸਾਹਿਬ ਕੇ ਮਨ ਲੈਣਾ ਤੁਹਾਡੀਆਂ ਨਜ਼ਰਾਂ ਵਿੱਚ ਬੇਕਾਰ ਜ਼ਰੂਰ ਮੈਂ ਹੋਸਾਂ ਔਰ ਮੈਨ ਹੋਸੇ ਨਵਰਾਮ ਵਿਛੋੜਿਆਂ ਦੇ ਬੀਮਾਰ ਜ਼ਰੂਰ ਮੈਂ ਹੋਸਾਂ ਪਰ ਨਹੀਂ ਕਰਨੇ ਕਤਨ ਜ਼ਮੀਰ ਦੇ ਸੌਦੇ ਲਾਚਾਰ ਜ਼ਰੂਰ ਮੈਂ ਹੋਸਾਂ ਮੈਂ ਕਾਸ਼ਫ ਦੌਲਤ ਮੰਦ ਨਾ ਸਹੀ ਖੁਦਦਾਰ ਜ਼ਰੂਰ ਮੈਂ ਹੋਸਾਂ ਮਿਹਰਬਾਨੀ ਸਾਹਿਬ ਕਿ ਦਮ ਨਿਕਲਾਪਾ ਕੇ ਸੰਭਲੇ ਸੀ ਸੰਗ ਦੀ ਬਾਰ ਫਲਿੰਦੀ ਨੂੰ ਤਵੱਜੋ ਸਖਾਵਤ ਬਸ ਗੌਰ ਸਾਹਿਬ ਕਿ ਦਮ ਨਿਕਲਾਪਾ ਕੇ ਸੰਭਲੇ ਸੀ
ਸੰਗ ਦੀ ਬਾਰ ਫਲਿੰਦੀ ਨੂੰ ਸਾਰੀ ਉਮਰਾਂ ਸੁਖ ਨਾ ਮਿਲੇ ਵੇਲਣੇ ਜਾਨ ਫਲਿੰਦੀ ਨੂੰ ਔਰ ਮਾਸੂ ਹੱਡੀਆਂ ਵੇਲੀਆਂ ਹੋਈਆਂ ਅੰਦਰ ਵੀ ਅਨਰੋਇਆ ਹੈ ਕੋਈ ਤਾਂ ਕਾਸ਼ਫ ਟੇਕਾਂ ਦੇ ਵੇ ਲੁੱਕੀ ਜਿੰਦ ਖਬਰਿੰਦੀ ਨੂੰ ਆਖਰੀ ਸ਼ੇਰ ਇਜਾਜ਼ਤ ਚਾਸਾਂ ਕਿ ਜਿੰਦੀ ਸਿੱਖ ਮਜਬੂਰ ਨੂੰ ਹਰ ਵੇਲੇ ਉੱਕਾ ਸੀਖ ਤੇ ਚਾੜਿਆ ਹੋਇਆ ਹੈ ਜਿੰਦੀ ਸਿੱਖ ਮਜਬੂਰ ਨੂੰ ਹਰ ਵੇਲੇ ਉੱਕਾ ਸੀਖ ਤੇ ਚਾੜਿਆ ਹੋਇਆ ਹੈ ਮੇਰੇ ਨਾਲ ਉਸੇ ਹਮਦਰਦੀਆਂ ਦਾ ਪੂਈਓ ਵਰਗਾ ਹੀ ਪਾੜਿਆ ਹੋਇਆ ਹੈ ਕਿ ਉਹਦੇ ਤਲਖ ਰਵਈਏ ਕਾਸ਼ਿਫ ਨੂੰ ਇੱਕ ਸੋਚ ਚ ਵਾੜਿਆ ਹੋਇਆ ਹੈ ਜਿਉਂ ਆਪ ਤਾਂ ਇਤਨੀ ਜੋਗਾ ਹੀ ਨਾ ਕਈ ਹੋਰ ਵਿਗਾੜਿਆ ਹੋਇਆ ਹੈ ਵਸਲਾਮ ਸਾਹਿਬ।